ਯਾਤਰਾ ਉਹਦੀ ਕਿ ਸਫਲ ਹੁੰਦੀ ਜਿਹੜਾ ਮਾਤਰਾਣੇ ਦੇ ਚਰਨੇ ਚਾਹੀਐ ਆਪਣੀਆਂ ਅਰਦਾਸਾਂ ਕਰਾਂਦਾ ਤੇ ਪਹਿਲਾ ਦਰਸ਼ਨ ਕਰਦਾ ਤੇ ਪਈ ਅੱਗੇ ਵਾਧਾ ਪਹਿਲਾ ਦਰਸ਼ਨ ਕੋਲ ਕੰਡੋਲੀ ਦੂਜਾ ਦੇਵਾ ਮਾਈ ਤੀਜਾ ਦਰਸ਼ਨ ਚਰਨਪਾਦ ਕਾ ਚੌਥਾ ਹਦ ਕੁਵਾਰੀ ਪੰਜਵਾਂ ਦਰਸ਼ਨ ਪੈਰੋ ਬਲੀ ਦਾ ਛੇਮਾ ਵੈਸ਼ਨੋ ਮਾਈ ਤੇ ਮਾਤਾ ਆਖਦੀ ਤੋ ਫਿਰ ਤਿਆਰੀ ਕਰੋ 33 ਕਰੋੜ ਦੇਵਤਾ ਦਾ ਇੱਕ ਸ਼ਾਤਾਵੰਦ 6 ਮਹੀਨੇ ਦੀ ਕਰਾ ਤੋ ਇਹ 6 ਮਹੀਨੇ ਦੇ ਰਾਤ ਦੇ ਵਿੱਚ ਇਹ ਭਵਣ ਬਣਿਆ ਕੋਲ ਕੰਡੋਲੀ ਮੰਦਰ ਤੇ ਨਾਰਾਇਣ ਖੋ ਤੇ ਨਾਰਾਇਣ ਖੋ ਦਾ ਕੰਨੇਕਾ ਨੂੰ ਮੰਦਰ ਕਿ ਜਦੋਂ ਦਾ ਸਾਡਾ ਬਾਈਪਾਸ ਬਣੇ ਦਾ ਤੇ ਰੇਲ ਚਲੀ ਦੀ ਜਿਲ੍ਹਾ ਜਿਹੜਾ ਸਾਡਾ 150% ਯਾਤਰੂ ਆਉਂਦਾ ਹਾਂ ਇਲਾ ਉਹਦੇ ਬਾਅਦ ਰਹੀ ਹਾਂ ਖਿਚੀ ਐ ਇੱਕ ਪੰਜੀ ਪੈਸੇ ਤੇ ਉਹਦੇ ਬਾਅਦ ਜਿਹੜਾ ਕੁਰਾਨਾ ਆਇਆ ਤੇ ਰਹੀ ਦਾ ਦੋ ਪੈਸੇ ਉਹਦੇ ਨੇ ਨਾ ਕੋਈ ਇੱਥੇ ਲੀਡਰ ਦਿਖਦਾ ਇੱਥੇ ਸਾਡੇ ਐਮਪੀ ਜੁਗਲ ਕਿਸ਼ੋਰ ਹੋਰ ਉਭੀ ਨਹੀਂ ਦਿਖਦੇ ਜਿਹੜਾ ਕੋਈ ਦਿਖਦਾ ਲੀਡਰ ਹੋਰ ਕੋਈ ਪਾਰਟੀ ਦਾ ਤ ਉਹਨੇ ਕੀ ਦਿਖਣੇ ਦਿੰਦੇ ਨਮਸਕਾਰ ਤੁਸੀਂ ਦਿਖਾ ਕਰਦੇ ਹੋ ਸਿੱਧੀ ਲਕੀਰ ਤੇ ਆਉਂ ਆ सुरेंद्र ਸਾਗਰ ਸੱਜਣੋ ਤੁਸੀਂ ਪੇਂਟ ਸੁਣੀ ਦੀ ਘਾਉਣੀ ਹੈ ਜਿਸ ਕੀ ਮਸਤਰਾਮ ਹੋਰ ਇੱਕ ਕਈ ਦਸ਼ਕ ਪਹਿleggਾਇਆ ਹ ਪੇਂਟ ਹੈ ਪਹਿਲਾ ਦਰਸ਼ਨ ਕੋਲ ਕੰਡੋਲੀ ਦੂਜਾ ਦੇਵਾ ਮਾਈ ਤੀਜਾ ਦਰਸ਼ਨ ਚਰਨਪਾਦਕਾ ਚੋਤਾਦ ਕੁਵਾਰੀ ਪੰਜਵਾਂ ਦਰਸ਼ਨ ਪੈਰੋ ਬਲੀ ਦਾ ਸ਼ੇਮਾ ਵੈਸ਼ਨੋ ਮਾਈ ਜਿੰਨੇ ਵੀ ਯਾਤਰੂ ਪੂਰੇ ਦੇਸ਼ਾ ਤਮਾਂ ਜਾਂ ਪੂਰੇ ਸੰਸਾਰ ਕੋਲਾ ਆਉਂਦੇ ਨਾ ਜਿਸ ਵੇਲੇ ਵੀ ਉਹ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਪੂਜੀਆ ਦਰਸ਼ਨ ਕਰਦੇ ਨਾ ਤੇ ਆਖ ਦਿਨ ਜਿੰਨੇ ਚਿਰ ਪੈਰੋ ਬਾਬਾ ਦੇ ਦਰਸ਼ਨ ਨਹੀਂ ਕੀਤੇ ਜਾਣ ਇੰਨੇ ਚਿਰ ਯਾਤਰਾ ਸੰਪੰਨ ਨਹੀਂ ਹੁੰਦੀ ਹੈ ਯਾਤਰਾ ਪੂਰੀ ਨਹੀਂ ਹੁੰਦੀ ਹੈ ਪਰ ਯਾਤਰੂ ਆਉਂਦੇ ਨਾ ਦਰਸ਼ਨ ਕਰਦੇ ਨਾ ਤੇ ਭੀ ਵਾਪਸ ਟੁਰ ਜੰਦੇ ਨਾ ਪਰ ਇਹ ਵੀ ਗੱਲ ਚੇਤਾ ਰੱਖਣੀ ਵਾਲੀ ਹੈ ਕਿ ਪਹਿਲਾ ਦਰਸ਼ਨ ਜਿਹੜਾ ਹੈ ਉਹ ਕੌਲਕੰਢੋਲੀ ਹੈ ਵਿਦਵਾਨ ਆਖਦੇ ਨੇ ਕਿ ਜਿੰਨੇ ਚਿਰ ਤੁਸੀਂ ਪਹਿਲਾ ਦਰਸ਼ਨ ਨਹੀਂ ਕਰ ਗਿਓ ਕੌਲਕੰਢੋਲੀ માતા ਦੇ ਦਰਸ਼ਨ ਨਹੀਂ ਕਰ ਗਿਓ ਇੰਨੇ ਚਿਰ ਮਾਂ ਬੈਸ਼ਨੋ ਦੇਵੀ ਦੀ ਜਿਹੜੀ ਯਾਤਰਾ ਹੈ ਉਹ ਸਫਲ ਨਹੀਂ ਹੁੰਦੀ ਹੈ ਪਰ ਅਸੀਂ ਏਖਾ ਕਰਨੀ ਆ ਕਿ ਉਹ ਮੰਦਿਰ ਜਿੱਥੇ ਅੱਜ ਅਸੀਂ ਖੜੋਤੇ ਆ ਇਸ ਮੰਦਰਾ ਚ ਪੈਰ ਟਿਕਾਣੇ ਦੀ ਜਗ੍ਹਾ ਨਹੀਂ ਹੁੰਦੀ ਇੱਕ ਸਾਮੇਹਾ ਪਰ ਜਿញ ਜਿញ ਸਮਾ ਗੁਜ਼ਰਦਾ ਗਿਆ ਔਰ ਨਵੀਂ ਸੜਕ ਜਿਹੜੀ ਹੈ ਉਹ ਬਣੀ ਜਿਹੜੀ ਜੰਮੂ ਸ਼੍ਰੀਨਗਰ ਆਲਾ ਹੈ 4 ਲੇਨਿੰਗ ਜਿਹੜੀ ਸੜਕ ਹੈ ਜਿਹੜੀ ਉਹ ਬਣੀ ਦੀ ਹੈ ਅਦੂਆਂ ਦਾ ਇਸ ਮੰਦਿਰ ਚ ਯਾਤਰੀਆਂ ਦਾ ਆਉਣਾ ਲਗਭਗ ਮਤਕਾ ਘਟੋ ਹੀ ਚੁਕੇਦਾ ਹਾਂ ਮਕਾਮੀ ਯਾਤਰੂ ਜਿਹੜੇ ਨਾ ਉਹ ਇੱਥੇ ਜ਼ਰੂਰ ਆਉਂਦੇ ਨੇ ਕਾਰਨ ਹੈ ਕਿ ਜਿਹੜਾ ਵੀ ਯਾਤਰੂ ਆਉਂਦਾ ਹੈ ਕੀ ਕਿ ਪਹਿਲਾ ਜਿਹੜਾ ਪ੍ਰਾਚੀਨ ਰਸਤਾ ਹੈ ਜਿਹੜਾ ਨਗਰੋਟਾ ਕਸਵੇ ਦੇ ਵਿੱਚ ਇਹ ਜਾਂਦਾ ਪਹਿਲੇ ਗੱਡੀਆਂ ਸਭ ਐ ਇਧਰੇ ਜਾਂਦੀਆਂ ਹੀ ਆ ਕਟੜਾ ਪਰ ਜੇ ਲੈ ਨਵੀਂ ਸੜਕ ਬਣੀ ਤੇ ਗੱਡੀਆਂ ਸਾਰੀਆਂ ਉਸ ਬੱਖੀ ਦਾਗਾ ਜਾਂਦੀਆਂ ਕਿ ਕਿ ਜਿਹੜਾ ਬਾਹਰ ਦਾ ਯਾਤਰੀ ਆਉਂਦਾ ਉਹ ਸਿੱਧਾ ਉਸੇ ਰਸਤਾ ਬਾਹਰ ਨਿਕਲੀ ਜਾਂਦਾ ਪਰ ਹਾਂ ਜਿਹੜਾ ਮਕਾਮੀ ਯਾਤਰੀ ਇਧਰੇ ਲੰਘਦਾ ਉਹ ਜ਼ਰੂਰ ਇੱਥਾ ਹੁੰਦਾ ਪਰ ਐਸਾ ਨਹੀਂ ਹੈ ਕਿ ਪਤਾ ਨਹੀਂ ਹੈ ਅਗਰ ਯਾਤਰੀ ਜਿਹੜੇ ਨਾ ਉਹ ਡਰਾਈਵਰਾਂ ਕੰਨ ਗੱਲ ਕਰਨ ਕਿ ਅਸੀਂ ਪਹਿਲਾ ਦਰਸ਼ਨ ਕੌਲ ਕੰਡੋਲੀ ਦਾ ਕਰਨਾ ਹੈ ਤੇ ਉਹ ਨਹੀਂ ਕੀ ਇਧਰੇ ਵੀ ਲਿਆ ਜਾਂਦਾ ਪਰ ਨਹੀਂ ਜਿਹੜਾ ਵੀ ਆਉਂਦਾ ਹੈ ਉਹ ਸਿੱਧੇ ਉਸ ਵਖੀ ਦਾ ਜਾਂਦਾ ਹੈ ਪਰ ਇਸ ਵਖੀ ਘਟ ਕੇ ਜਿਹੜੇ ਯਾਤਰੂਨ ਉਹ ਆਉਂਦੇ ਨੇ ਬੜਾ ਪ੍ਰਾਚੀਨ ਮੰਦਿਰ ਹੈ ਔਰ ਇਸ ਮੰਦਿਰ ਦਾ ਨਿਰਮਾਣ ਜਿਹੜਾ ਉਹ ਪਾਂਡਵ ਕਾਲ ਵਿੱਚ ਪਾਂਡੂ ਨੇ ਆਪਣੀ ਹੱਥੇ ਇਹ ਪੱਥਰ ਕੰਨਾ ਮੰਦਿਰ ਬਣਾਇਆ ਹ ਮੰਦਿਰ ਦੇ ਮੁੱਖ ਪੁਜਾਰੀ ਜੈ ਪ੍ਰਕਾਸ਼ ਸ਼ਰਮਾ ਉਹਦੇ ਕੰਨਾਂ ਇਸ ਬਾਰੇ ਚ ਗੱਲਬਾਤ ਕਰਨਿਆ ਕਿ ਇਹ ਜਿਹੜਾ ਪ੍ਰਾਚੀਨ ਕੰਡੋਲੀ ਵਾਲਾ ਮੰਦਿਰ ਹੈ ਇਹ ਕਿੰਨਾ ਪੁਰਾਣਾ ਤੇ ਯਾਤਰੂ ਦੀ ਸੰਖਿਆ ਉਹਨ ਇਥੇ ਕਿੰਨੀ ਹੈ ਤੇ ਪੰਡਿਤ ਜੀ ਸਿੱਧੀ ਲਕੀਰ ਚ ਤੋਂ ਦੱਸੋ ਜੈ ਮਾਤਾ ਦੇ ਪ੍ਰੀ ਭਗਤੋ ਯਹਾਂ ਪੇ ਪ੍ਰਾਚੀਨ ਸਿੱਧ ਪੀਠ ਪਹਿਲਾ ਦਰਸ਼ਨ ਕੋਲ ਕੰਡੋਲੀ ਮੰਦਿਰ ਨਗਰੋਟਾ ਯਹਾਂ ਕੇ ਪ੍ਰਥਮ ਪੁਜਾਰੀ ਕੇ ਅਣੂਚ मैं जयप्रकाश कोल कंडोली की कथा आपको सुना रहा हूँ डोगरी और हिंदी में उल्ले ब्रह्मा विष्णु महेश इट्ठे है नारायण ने सवाल किया ब्रह्मा विष्णु महेश आके कि सबसे पापी युग कौन सा होगा उन्होंने कहा सबसे पापी युग होगा तो कल युग होगा गण के क्यों होगा और किस लिए होगा उनका इसलिए होगा कि तेरह साल की कन्या नानी और दादी बनेगी उन्हें क्या उससे बचाए किस तरह जाएगा उन्हें मिलकर एक आप शक्ति को प्रकट करेंगे आने वाले कल युग में त्रिकुट पर्वत में भेजे जाएगा भक्त जनों के ग्रह शांत होंगे लंबी उम्र होगी और मनोकामना दिली शा पूरी होगी मेरा ठीक है एक आप शक्ति को प्रकट किया आप शक्ति ने पूछा मेरा काम क्या उन्होंने कहा देवी तुम त्रिकुट पर्वत पे जाकर तपस्या करनी होगी उन्होंने कहा कब तक उन्होंने कहा जब तक अगला अवतार ना होगा कलजुक खत्म ना होगा पर उससे पहले जहां शेर बकरी ने इकट्ठे पानी पिया होगा वहां पे जाकर 13 कोश के अंदर जाकर तुम्हें नमक या पत्थर में प्रकट होना होगा ने कहा ठीक है कि इथे जेड़ा पांडुंगी की गिया बात होएदा हां ओदे विच इथे पूछ दे ਗਲੀਆਂ ਦੀ ਖਾਗ ਸ਼ਾਨ ਦੇ ਸ਼ਾਨ ਦੇ ਜੇਲਾ ਪੁਜਦੇ ਤੇ ਇੱਥੇ ਭੇੜ ਗਾਂਦੇ ਭੇੜ ਗਾਈ ਆ ਮਾ ਪ੍ਰਕਟੋਂ ਦੀ ਇਸੇ ਪਿੰਡੀ ਜਿਹਦੇ ਤੋਂ ਸਦਰਸ਼ਨ ਕਰਾ ਦਿਓ ਇਹਦੇ ਜਿਗਾ ਪ੍ਰਕਟੋਂ ਦੀ ਇਹਦੇ ਚ ਸਮਾਈ ਜਾਂਦੀ ਉਹ ਆਪਣਾ ਮਾਤਾ ਕੀ ਆਲ ਸੁਣਾ ਦੇ ਤੇ ਮਾਤਾ ਆਖਦੀ ਕਿ ਤੁਸੀਂ ਕੀ ਕਾਲ ਸਰਫ ਯੋਗ ਚਲਾ ਲਾ ਤੁਹਾਨੂੰ ਗ੍ਰਹਿ ਚਲਾ ਦੇ ਤੁਸੀਂ ਪਹਿਲੇ ਮੇਰੇ ਬਵਨ ਦਾ ਨਿਰਮਾਣ ਕਰੋ ਤੇ ਫਿਰ ਮੇ ਤੁਸੀਂ ਕੀ ਤੁਹਾਡੇ ਗ੍ਰਹਿ ਸ਼ਾਂਤ ਕਰ ਗਈ ਨਗਾ ਠੀਕ ਹੈ ਛੇ ਮਹੀਨੇ ਇੰਦੇ ਛੇ ਮਹੀਨੇ ਦਾ ਵਿੱਚ ਪਵਨ ਦਾ ਨਿਰਮਾਣ ਹੀ ਵਾਲਾ ਹੁੰਦਾ ਆ ਪਣੀ ਜੀ ਜਿਹੜਾ ਇਹ ਮੰਦਿਰ ਦਾ ਜਿਹੜਾ ਇੱਥੇ ਨਿਰਮਾਣ ਹੋਇਦਾ ਹੈ ਬੜਾ ਪ੍ਰਾਚੀਨ ਮੰਦਿਰ ਲੱਭਾ ਕਰਦਾ ਕੀ ਆ ਇਹ ਭਾਂਡੂ ਖਾਲਚੂ ਜੀ 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 ਇਹ ਸਭ ਗਾਲੀਆਂ ਕਿ ਇਹ ਜੁਗੇ ਜੁਗੇ ਦੀ ਕਹਾਣੀ ਹੈ ਪਹਿਲੇ ਜੇਲਾ ਮਾਤਾ ਪ੍ਰਕriti ਉੱਲਕੈ ਸੀ ਜੋਗੋ ਰਹਾ ਜੇਲਾ ਪਰਕਟ ਹੋਣ ਦੇ ਬਾਰੇ ਇਥੇ ਲੀਲਾ ਕੀਤੀ ਮਾਤਾ ਨੇ 12 ਸਾਲ ਤਵਸ਼ਿਆ ਕੀਤੀ ਉਲਗਿਸ਼ ਹੋ ਰਹਾ ਤੇ ਉਧਰ ਨਾਲ ਫੀ ਜਲਾ ਆਂਦੇ ਪਰਤੀਆ ਤੇ ਮਾਤਾ ਉਹਨੇ ਕੀ ਇੱਕ ਸੁਖਣਾ ਦੱਸਦੀ ਕਿ ਮੇਰਾ ਪਵਨ ਬਣਨੇ ਕੀ ਕੀਚੇਰੀ ਆਦੀ ਆ ਉਹ ਆਖਦੇ ਕਿ ਮਾਤਾ ਅਸ ਦਿਨੇ ਬਾਹਰ ਆਉਣੇ ਨਹੀਂ ਰਾਤੀ ਅਸ ਬਾਹਰ ਆਉਣੇ ਪਵਨ ਕੀ ਤਿਆਰ ਕਰਚਾ ਤੇ ਮਾਤਾ ਦੇ ਕੰਨੇ ਕੀ ਹੁੰਦਾ ਪਾਂਡੂ ਆਖਦੇ ਤੇ ਮਾਤਾ ਆਖਦੀ ਤੂੰ ਫਿਰ ਤਿਆਰੀ ਕਰੋ 33 ਕਰੋੜ ਦੇਵਤਾ ਦਾ ਇੱਕ ਸ਼ਾਤਾ ਬੰਦਾ ਸ਼ੇਮੀ ਨੀਦਿਕ ਰਾਤੋ ਇਸ ਸ਼ੇਮੀ ਨੀਦ ਰਾਤ ਦੇ ਵਿੱਚ ਇਹ ਭਵਨ ਬਣਿਆ ਕੋਲ ਕੰਡੋਲੀ ਮੰਦਰ ਤੇ ਨਾਰਾਇਣ ਖੋਦ ਨਾਰਾਇਣ ਖੋਦ ਕੰਨੇਕਾਂ ਨੂੰ ਮਾਨਦਾ ਮੰਦਰ ਇਹ ਇੱਕ ਰਾਤੀ ਚ ਬਣੇ ਉਹਦੇ ਬਾਅਦ ਫੀ ਪੈਰੋਂ ਜਿੱਥੇ ਆਇਆ ਤੇ ਪੈਰੋਂ ਨੇ ਆਕਾ ਪੈਰੋਂ ਨੇ ਫਿਰ ਸੋਚਿਆ ਕਿ ਮੈਂ ਫਿਰ ਸ਼ਕਤੀ ਕੀ ਪਾਣੇ ਕੀ ਤਰੀਕਾ ਕਰਨਾ ਕੋ ਤਰੀ ਤਰਜੀਬ ਸੋਚਣਾ ਤੇ ਗੁਰੂ ਗੋਖਰਨਾਥ ਸਾਧ ਦੇ ਮਾ ਸ਼ਕਤੀ ਕੀ ਕਿ ਉਹ ਪੰਡਾਰਾ ਕਰੋ ਤੇ ਮਾ ਸ਼ਕਤੀ ਚਾਂਦੀ ਦਾ ਕੋਲ ਪ੍ਰਗਟ ਕਰਦੀ ਤੇ 66 ਪ੍ਰਕਾਰ ਦਾ ਭੋਜਨ ਬਣਾਉਂਦੀ ਤੇ ਉਹ ਜਿਹੜੇ ਵੀ ਆਏ ਦੇ ਭਗਤ ਸਵਾ ਲੱਖ ਚੇਲੇ 33 ਕਰੋੜ ਦੇਵਤਾ ਸਾਰੇ ਆਉਂਦੇ ਉਹ ਭੰਡਾਰਾ ਖਾਦੇ ਹੁੰਦੇ ਇੱਥੇ ਖੰਦ ਖੰਦੇ ਕਿ ਹੁੰਦਾ ਕਿ ਭਵਨ ਬਣਾਦਾ ਹੁੰਦਾ ਉਦੋਂ ਦਾ ਭਵਨ ਬਣਾਦਾ ਹੁੰਦਾ ਤੇ ਭੀਮ ਕੀ ਪਿਆਸ ਲੱਗਦੀ ਪੀਂ ਮਾਖਦਾ ਮਾਤਰਾ ਨਹੀਂ ਮੀ ਕੀ ਤਰੇ ਲੱਗੀ ਰੀ ਆਦੇ ਪੁੱਤਰਾ ਇੱਥੇ ਕੋਈ ਭਾਂਡਾ ਨਹੀਂ ਆ ਤੇ ਕੋਈ ਖੂਣੀ ਆ ਤੋ ਕੇ ਕਰਦੀ ਮਾ ਸ਼ਕਤੀ ਮਹਾ ਮਾਇਆ ਥੱਲੇ ਜਈਏ ਖਲਕੀ ਸੈੜ ਉੱਥੇ ਚਾਂਦੀ ਦਾ ਜਿਹੜਾ ਕੋਲ ਹਾ ਉਸੇ ਲਾਂਦੀ ਉਥੇ ਆਪ ਸ਼ੰਭੂ ਗੰਦੇਸ਼ਰੀ ਜੋਤੀ ਲਿੰਗ ਪ੍ਰਕਟ ਹੁੰਦੇ ਉਹ ਆਖਦੀ ਮਾਂ ਕਿ ਜਿੱਥੇ ਸ਼ਕਤੀ ਯੋਗ ਉਥੇ ਸ਼ਿਵ ਹੋਗਣ ਜਿੱਥੇ ਸ਼ਿਵ ਹੋਣ ਤੇ ਸ਼ਕਤੀ ਯੋਗ ਸ਼ਕਤੀ ਸ਼ਿਵ ਬਿਨ ਦੂਰੀ ਹੈ ਸ਼ਿਵ ਸ਼ਕਤੀ ਬਿਨ ਦੂਰੀ ਹੈ ਉਹਦੇ ਬਾਅਦ ਮਾਂ ਦਾ ਜਿਸਿਆਸਤ ਡੋਗਰੀ ਪਾਸ਼ਾ ਸਾਖਣੇ ਸੂਟਾ ਬੌਂਟਾ ਬੋਲੀ ਉਹ ਹੀ ਪਹਿਲੇ ਉਹਨੂੰ ਸੀ ਖੂ ਦੇ ਰੂਪ ਚ ਸੰਤਾਲੀ ਸਾਡੇ ਬਜ਼ੁਰਗਾਂ ਨੇ ਬਣਾਏ ਤੱਕਿਆ ਮਤ ਉਸ ਨੇ ਲੈਣਾ ਕਿ ਜੇ ਬਮਨ ਕਿਆਰ ਹੁੰਦਾ ਤੇ ਮਾਤਰਾ ਨੇ ਆਖਦੀ ਛੇ ਲੀਏ ਕਿ ਮੇ ਪਾਣੀ ਪਿਲਾਉ ਗੁਰੂ ਗੋਖਰਖਨਾਟ ਦਾ ਪਹਿਲਾ ਸ਼ਿਸ਼ ਪੈਨੋ ਆਖਦਾ ਮੇਰਾ ਖਾਣਾ ਇਹ ਨਹੀਂ ਹੈ ਉਹ ਆਖਦੀ ਮੇਰਾ ਖਾਣਾ ਬੈਸ਼ਨੋ ਭੋਜਨ ਹੈ ਉਹਦੇ ਬਾਅਦ ਚਾਂਦੀ ਦਾ ਕੋਲ ਪ੍ਰੋਜੈਕਟ ਕਰਦੇ ਤੇ ਪਾਣੀ ਪਿਲਾਉਂਦੀ ਉਹ ਆਖਦੀ ਇੱਥੋਂ ਦੀ ਰੀਤ ਜੀਆਂ ਮੇਨਵਾਈ ਆ ਇੱਥੋਂ ਦੇ ਜਿਹੜੇ ਆਉਣ ਵਾਲੇ ਪੁਜਾਰੀ ਪ੍ਰੋਤ ਉਹਨਾਂ ਵਾਂਗਣ ਜੀਆਂ ਮੇ ਇੱਥੇ ਪੰਡਾਰੇ ਕਿਤੇ ਇੱਥੇ ਉਹ ਕਰਨ ਉਹਦੇ ਕੰਨੇ ਜਿਹੜਾ ਵੀ ਇੱਥੇ ਭਗਤਾਗ ਜਿਹੜਾ ਵੀ ਕੋਈ ਰੋਗੀ ਜਿਸੇ ਫਿਰਸੀ ਫੋੜਾ ਪਾਕਾਤਰਾ ਕਾ ਦਦਰੀ ਮੋਕੇ ਸੇਮ ਚੰਬਲ ਫੋਲਾ ਫੁੱਲ ਤੇਲਮਾ ਕਰਖਸਾਂ ਬਾਜਰਾ ਥਥਿਆਣਾ ਜਿੰਨੀਆਂ ਵੀ ਬਿਮਾਰੀਆਂ ਹੋਣ ਵੱਡੀ ਗੈਸਾ ਵੱਡੀ ਜਸ਼ਮਾਨੀ ਬਿਮਾਰੀਆਂ ਜਿਹੜਾ ਮੇਰੀ ਬਬੂਤੀ ਖਾਗ ਜਗਾ ਸ਼ਕਤੀ ਆਪਣੀ ਸੁਖਣਾ ਅਰਜੀ ਅਰਦਾਸ ਬੇਨਤੀ ਕਰ ਉਹਦੀ ਮਨੋ ਕਾਮਨਾ ਪੂਰੀ ਹੋ। ਇਹ ਪਵਨ ਜਿਹੜਾ ਜਿਹੜਾ ਤਿਆਰ ਹੋਈ ਆ ਤੇ ਮਾਤਰਾਣੀ ਅੱਗੇ ਅੱਗੇ ਗਈ ਪਿੱਛੇ ਪਿੱਛੇ ਲੋਕੜਾ ਵੀਰ ਅੱਗੇ ਅੱਗੇ ਅਨੁਮਾਨ ਤੇ ਬਾਤਾਂ ਨੇ ਜੰਦਵਾਰੀ ਆਖਿਆ ਇਸੀ ਰੀਤ ਕੇ ਨਵਾਇਓ। ਅੱਛਾ ਬਣੀ ਜੀ ਜੀਆਂ ਕਿ ਪਹਿਲਾ ਆਖਦੇ ਨੇ ਭਈ ਜੀਆਂ ਵਰਨਿਤ ਹੈ ਕਿ ਪਹਿਲਾ ਦਰਸ਼ਕ ਕੌਲ ਕੰਡੋਲੀ ਜਿਹੜਾ ਵੀ ਯਾਤਰੂ ਮਾਤਾ ਜੀ ਦੇ ਦਰਸ਼ਨੇ ਕੀਤਾ ਹੁੰਦਾ ਹੈ ਤੇ ਉਹ ਕੌਲ ਕੰਡੋਲੀ ਜ਼ਰੂਰ ਹੁੰਦਾ ਪਰ ਜਦੋਂ ਆ ਦੀ ਦਿਖਣੇ ਜਾਵਾ ਕਰਦਾ ਜਉਂ ਦੀ ਨਵੀਂ ਸੜਕ ਬਣੀ ਦੀ ਹੈ ਇੱਥੇ ਯਾਤਰੂਆਂ ਦਾ ਆਉਣਾ ਘਟੋਈ ਇਹਦਾ ਤੇ ਕੀ ਅਸਰ ਪਿਆ ਜਨਾਬ ਨੇ ਗੱਲ ਆਖੀ ਹੈ ਕਿ ਜਦੋਂ ਦਾ ਸਾਡਾ ਬਾਈਪਾਸ ਬਣੇਦਾ ਤੇ ਰੇਲ ਚਲੀ ਦੀ ਜਿਲ੍ਹਾ ਜਿਹੜਾ ਸਾਡਾ 150% ਯਾਤਰੂ ਆਉਂਦਾ ਹਾਂ ਇਲਾ ਉਹਦੇ ਬਾਅਦ ਰਹੀ ਹਾਂ ਕਿਚੀਆ 1 ਪੰਜੀ ਪੈਸੇ ਤੇ ਉਹਦੇ ਬਾਅਦ ਜਿਹੜਾ ਕੁਰਾਨਾ ਆਇਆ ਤੇ ਰਈ ਦਾ 2 ਪੈਸੇ ਉਹਦੇ ਨੇ ਨਾ ਕੋਈ ਇੱਥੇ ਲੀਡਰ ਦਿਖਦਾ ਗਰਾਊਂਡ ਬਣਾਉਣ ਲਈ ਇੱਥੇ ਸਾਡੇ ਐਮਪੀ ਜੁਗਲ ਕੁਸ਼ੋਰ ਹੋਰ ਉੱਭੀ ਨਹੀਂ ਦਿਖਦੇ ਜਿਹੜਾ ਕੋਈ ਦਿਖਦਾ ਲੀਡਰ ਹੋਰ ਕੋਈ ਪਾਰਟੀ ਦਾ ਤੋਂ ਹੁਣੇ ਕਿ ਦਿਖਣੇ ਨਹੀਂ ਦਿੰਦੇ ਕਿ ਆਪੇ ਡੀਸੀ ਸਾਹਿਬ ਆਏ ਹੈ ਡਿਵੀਜ਼ਨ ਕਮਿਸ਼ਨਰ ਆ ਬਾਇਆ ਕਿ ਐਸੇ ਰਿਕਵੈਸਟ ਕੀਤੀ ਕਿ ਇਹ ਗਰਾਊਂਡ ਤਾਂ ਹੀ ਡਿਵੈਲਪਮੈਂਟ ਕੀਤੀ ਜਾ ਕੇ ਆਣ ਵਾਲੇ ਯਾਤਰੂਆਂ ਦੇ ਕਹਿੰਦੇ ਬਾਥਰੂਮ ਬਣ ਜਾਣ ਆਸੇ ਤੇ ਬਣਾਏ ਦੇ ਅਸੀਂ 10 15 ਬਾਥਰੂਮ ਵੀ ਬਣਾਏ ਨੇ ਜਿੰਨੇ ਵੀ ਇਸ ਮੰਦਿਰ ਦੇ ਚੜਾਵੇ ਕੰਨੇ ਇਹ ਆਪਣੇ ਤੌਰ ਪਰ ਆਪਣੇ ਤੌਰ ਪਰਸਨਲ ਕੋਲਕੰਡੋਲੀ ਮੰਦਿਰ ਕਮੇਟੀ ਦੀ ਤਰਫੋਂ ਦਾ ਜਿਹੜਾ ਵੀ ਫੰਡ ਹੈ ਅਸਲਾਂ ਨੇ ਆ ਜਿਹੜਾ ਵੀ ਚਾਹੇ ਬਿਜਲੀ ਆ ਸਫਾਈ ਆ ਪੰਡਾਰੇ ਨੇ ਕੋਈ ਵੀ ਆ ਅਸ ਕੋਲਕੰਡੋਲੀ ਮੰਦਿਰ ਚ ਚਲਾਈ ਆ ਜੋ ਵੀ ਤੁਸ਼ਾ ਮਾਤਰਾ ਬਚਦਾ ਉਹ ਬਚੇਗੀ ਪਾਲਣ ਦੀ ਕੋਸ਼ਿਸ਼ ਕਰ ਰਹੇ ਆ ਇਸ ਕੋਲਕੰਡੋਲੀ ਮੰਦਿਰ ਦੇ ਅੰਦਰ ਔਰ ਮੇਰੀ ਬੇਨਤੀ ਹੈ ਤੁਹਾਡੇ ਜਿਹੜਾ ਇਹ ਪ੍ਰਚਾਰ ਹੋਇਆ ਹ ਇਹ ਸਭ ਮੀਡੀਆ ਨੇ ਕੀਤਾ ਹ ਮਾਂ ਕੋਲਕੰਡੋਲੀ ਦਾ ਪ੍ਰਚਾਰ ਇਸੇ ਮੰਦਰੇ ਕੀ ਝੂਲੇ ਵਾਲਾ ਮੰਦਿਰ ਵੀ ਆਖਦੇ ਛੰਡੇ ਵਾਲਾ ਮੰਦਿਰ ਵੀ ਆਖਦੇ ਕੋਲਕੰਡੋਲੀ ਕੋਲ ਮੰਦਰਾ ਆਖਦੇ ਇਹਦੀ ਅਬ ਜਲੀਲਾ ਅਬ ਕਿ ਇਸ ਲੀਲਾ ਦਾ ਅਪਨਪਾਰ ਹੈ ਹਰ ਮਾਤਾ ਗੁੱਸੇ ਚੋਗ ਮਗਰ ਮਾਂ ਸ਼ਕਤੀ ਮਾਂ ਕੋਲਕੰਡੋਲੀ ਕਦੇ ਨਹੀਂ ਹੋਈ ਸਕਦੀ ਇਹਦਾ ਮੰਤਰ ਹੈ ਬੀਜ ਮੰਤਰ ਡੋਗਰੀ ਦੇ ਵਿੱਚ ਧਿਆਨ ਕਰਨੇ ਸੁਣਿਓ ਤੇ ਧਿਆਨ ਗਨੇ ਦੇਖਿਓ ਆਹਦਾ ਜੈ ਮਾਤਾ ਕੋਲਕੰਡੋਲੀਏ ਪਵਨਾ ਪੋਲੀਏ ਗੁੜਣੇ ਮਿੱਠੀਏ ਲੂਣਣੇ ਲੂਣਕੀਏ ਮਾਇਨੇ ਕਾਲੀਏ ਕਪਾਉਣੇ ਚੀਟੀਏ ਜੈ ਮਾਤਾ ਕੋਲਕੰਡੋਲੀਏ ਪਵਨਾ ਪੋਲੀਏ ਮਾਂ ਸਾੜੀ ਪੋਲੀ ਪਾਲੀਆ ਅਸ ਪਾਪੀ ਠਹਿਰੇ ਦੇ ਸਾਂ ਕਹਦਾ ਮਹਾਮਾਤੀ ਦਿਨ ਦੁਖੀ ਮਾਂ ਵਿਪਤ ਜਾ ਲਗੇਰੇ ਹਾਂ ਕਪੂਤੇ अभी कपटी पर बालक तेरे हम अति दीन दुखी माँ बिपत जाल गेरे हैं कपूत अभी कपटी पर बालक तेरे निज स्वभाव बस जननी दया दृष्टि कीजिए करुणा कर करुणा माँ चरण शरण दीजिए अस पापी हंद भी मां की क्षमा कर चरण च रखा आखदा एक कंचन सा तन भी एक दिन ठुकराएगा मां का शिमरन कर ले मां के लाल जो चौरासी लाख गेड़ो जूनी से बचाएगा हे त्रिलोकी की जटा में बसने वाली माँ मेरा शत शत है प्रणाम ਮੋਖੀ ਮਮਰਤਾ ਤਾਂ ਪ੍ਰਾਪਤ ਹੁੰਦੀ ਹੈ ਜੋ ਹਰਦਮ ਜਪਦਾ ਹੈ ਤੇਰਾ ਨਾਮ ਤੁਸੇਂ ਕੀ ਪਤਾ ਵੀ ਲੱਗੀ ਆ ਇੱਥੇ ਪਹਿਲਾ ਦਰਸ਼ਨ ਕੋਲਕੰਡੋਲੀ ਕਰਨੇ ਇੱਥੇ ਜਗਤੰਬੇ ਮੰਦਰ ਹੈ ਅਨੁਮਾਨ ਦਾ ਇੱਥੇ ਅੰਬੀਆ ਮੰਦਰ ਹੈ ਇੱਥੇ ਸ਼ੀਤਲਾ ਮੰਦਰ ਹੈ ਇਸ ਤੇ ਸੁਰਗਲ ਡਵਰੀ ਆ ਇੱਥੇ ਰਾਜਾ ਪੈੜ ਆ ਇੱਥੇ ਨਾਰਾਇਣ ਖੂਹ ਹੈ ਇਹ ਜਿੰਨ ਲੋ ਤੋਂ ਕਿੰਨੇ ਇੱਥੇ ਦਰਸ਼ਨ ਇਹਦੇ ਕਰਨੇ ਓਲੀ ਮੰਦਰ ਹੈ ਇਦਰੇ ਜਾਂਦੇ ਘੱਟ ਰਹੀ ਇਹ ਪਹਿਲਾ ਦਰਸ਼ਨ ਤਾਂ ਆ ਕਿ ਮਾਤਰਾਣੀ ਨੇ ਪਹਿਲੇ ਇੱਥੇ ਗਾਈ ਸੀ ਇੱਥੇ ਗੇ ਗੇਂਦ ਕੋਡੀਆਂ ਖੇਡੀਆਂ ਇੱਥੇ ਗੇ 55 ਪ੍ਰਕਾਰ ਦਾ ਭੋਜਨ 33 ਕਰੋੜ ਰੁਪਏ ਦੇ ਕੀ ਕਰਾਇਆ ਇਹ ਤਾਂ ਕਰੀਏ ਪਹਿਲਾ ਦਰਸ਼ਨ ਹੈ ਯਾਤਰਾ ਉਹਦੀ ਕਿ ਸਫਲ ਹੁੰਦੀ ਜਿਹੜਾ ਮਾਤਰਾਣੀ ਦੇ ਚਰਨੇ ਚਾਹੀਏ ਆਪਣੀਆਂ ਅਰਦਾਸਾਂ ਕਰਾਂਦਾ ਤੇ ਪਹਿਲਾ ਦਰਸ਼ਨ ਕਰਦਾ ਤੇ ਪਈ ਅੱਗੇ ਵਧਦਾ ਕੋਲਕੁੰਡੋਲੀ ਦਾ ਇਹ ਪ੍ਰਾਚੀਨ ਵਿਸ਼ਾਲ ਮੰਦਿਰ ਯਾਤਰੀਆਂ ਦੀ ਅੱਖੀ ਥਮਾ ਹੁਣ ਦਿਨ-ਬਦਨ ਦੂਰ ਹੁੰਦਾ ਜਾ ਕਰਦਾ ਹੈ ਕਾਰਨ ਹੈ ਇਸ ਦੇ ਪ੍ਰਤੀ ਲੋਕਿੰਗ ਪਤਾ ਨਹੀਂ ਹੈ। ਔਰ ਸਰਕਾਰ ਕੀ ਚਾਹੀਦਾ ਹੈ ਕਿ ਜਿੰਨੇ ਵੀ ਧਾਰਮਿਕ ਸਥਾਨ ਸਾਡੇ ਇੱਥੇ ਆਂਦਾ ਇੱਕ ਸਰਕਟ ਬਣਾ ਜਿਸ ਵੇਲੇ ਵੀ ਜਤਰੂ ਭਾਈ ਜਾਜ ਗਰਾਉਂਡ ਜਾਂ ਫਿਰ ਰੇਲਵੇ ਸਟੇਸ਼ਨ ਜਾਂ ਬੱਸ ਸਟੈਂਡ ਬਾਲੀਆਂ ਰਿਆਸਤਾਂ ਦਾ ਮਾ ਹੁਣ ਤੇ ਉਨੇ ਕੀ ਦੱਸਿਆ ਜਾ ਕਿ ਇਕੜੇ ਥਾਰ ਜਿਹੜੇ ਧਾਰਮਿਕ ਥਾਰਨ ਉਤੋਂ ਸ ਜਾイ ਸਕਦੇ ਹੋ। ਔਰ ਅਸਿੰਘੀ ਪੂਰੀ ਮੇਦ ਹੈ ਕਿ ਸਰਕਾਰ ਇਸ ਵਕੀ ਧਿਆਨ ਜ਼ਰੂਰ ਦੇਗ ਅੱਜ ਦੇ ਅੰਕ ਚ ਇੰਨਾ ਗਾ ਅਗਲੇ ਅੰਕ ਚ ਕੁਸੈ ਔਰ ਧਾਰਮਿਕ ਥਾਰਾ ਦੇ ਦਰਸ਼ਨ ਕਰਵਾਗੇ ਮਿਗੀ ਦੇ ਜੱਜ ਨਮਸਕਾਰ